ਸਰਵਿਸ ਹੋ ਗਈ ਹੈ, ਫਾਈਨਲੀ ਲੁੱਕ ਚੈੱਕ ਕਰੋ ਗੱਡੀ ਦੀ, ਆਊਟ ਕਲਾਸ ਹੋ ਗਈ ਹੈ। ਕਾਫੀ ਦਿਨਾਂ ਦੀ ਨਾ ਗੰਦੀ ਕਾਫੀ ਹੋਈ ਸੀਗੀ। ਅਸਲਾਮ ਵਾਲੇਕੁਮ। ਦੁਬਾਰਾ ਫਿਰ ਚਲਾ ਦਿੱਤਾ ਚੈਨਲ, ਉਦੋਂ ਚੱਲਦਾ ਵਾ, ਹੁਣ ਉਦੋਂ ਯਾਦ ਭੁੱਲ ਗਿਆ। ਮੈਂ ਦੋਸਤੋ ਭਾਈ ਯੂਬ ਕਪਾਹ ਨੂੰ ਸਪਰੇ ਕਰ ਰਿਹਾ ਵਾ, ਉਹ ਦੇਖੋ ਇਹ ਉਹ 24 ਨੰਬਰ ਵਾਲੀ ਕਪਾਹ ਵਾ ਜਿਹੜੀ ਘਰ ਵਾਲੀ ਸਾਈਡ ਦੇ ਉੱਤੇ ਆ, ਅਤੇ ਇੱਕ ਵਾਰੀ ਮਾਰ ਮੁਰ ਕੇ ਦੁਬਾਰਾ ਹੁਣ ਨਵੇਂ ਸਿਰੇ ਜਿਹੜੀ ਆ ਨਾ ਹਿੱਲੀ ਜੁੱਲੀ ਹਿੱਲ ਜੁੱਲ ਕੀਤੀ ਆ, ਸਫੈਦ ਮੱਖੀ ਦਾ ਸਪਰੇ ਕਰਾ ਰਹੇ ਹਾਂ ਇਹਨੂੰ। ਉਹ ਲੱਗਾ ਭਾਈ ਯੂ ਸਪਰੇ ਕਰਨ, ਸਿਟਰਾ ਪੈਰਾਮੈਕਸ ਇੱਕ ਅਤੇ ਵੈਪਰੋ ਕਰਾ ਰਹੇ ਹਾਂ ਸਪਰੇ, ਨਾਲ ਇਹਦੇ ਵਿੱਚ ਐਨ ਪੀ ਕੇ ਪਾਇਆ ਵਾ, ਉਹ ਲੱਗਾ ਪਿਆ ਵਾ। ਅਤੇ ਇੱਕ ਵਾਰੀ ਤਾਂ ਕਪਾਹ ਜਿਹੜੀ ਖਲੋ ਗਈ ਸੀਗੀ, ਅੱਲਾ ਕਰੇ ਹੁਣ ਦੁਬਾਰਾ ਜਿਹੜਾ ਨਾ ਹਿੱਲ ਜੁੱਲ ਇਹਨੇ ਕੀਤੀ ਤਾਂ ਹੈਗੀ ਆ, ਦੁਬਾਰਾ ਹਿੱਲੀ ਆ। ਵਲੋਗ ਸ਼ੁਰੂ ਨਹੀਂ ਕੀਤਾ ਸੀਗਾ ਅਤੇ ਅੱਜ ਦਾ ਵਲੋਗ ਸ਼ੁਰੂ ਕਰ ਲੈਂਦੇ ਹਾਂ। ਅਸਲਾਮ ਵਾਲੇਕੁਮ ਵੀਵਰ, ਕੀ ਹਾਲ ਚਾਲ ਆ? ਠੀਕ ਠਾਕ, ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ। ਜਿੱਦਾਂ ਕਿ ਤੁਹਾਨੂੰ ਦਿਖਾਇਆ ਕਿ ਭਾਈ ਯੂਬ ਸਪਰੇ ਕਰ ਰਿਹਾ ਵਾ, ਅਤੇ ਉਹ ਅਗਲੇ ਸਾਈਡ 'ਤੇ ਚਲਾ ਗਿਆ ਸਪਰੇ ਕਰਦਾ, ਵਾਪਸ ਆਉਂਦਾ ਤੁਹਾਨੂੰ ਦਿਖਾਉਂਦੇ ਹਾਂ। ਆ ਰਿਹਾ ਜੀ ਭਾਈ, ਭਾਈ ਯੂਸ ਟੈਂਕੀ ਲੈ ਕੇ ਹੁਣ ਵਾਰੀ ਛੇਤੀ ਨਾਲ ਲੱਗ ਰਿਹਾ ਆ ਜਾਵੇ। ਇਹਨੂੰ ਪਾਣੀ ਲਾ ਕੇ ਨਾ ਚੰਗਾ ਟਿਕਾ ਕੇ ਰੱਖ ਕੇ, ਅਤੇ ਨਾਲ ਇਹਨੂੰ ਪਾ ਦੀ ਅੱਧੀ ਬੋਰੀ ਯੂਰੀਆ, ਅੱਧੀ ਬੋਰੀ ਯੂਰੀਆ ਪਾਵਾਂਗੇ ਨਾ, ਥੋੜ੍ਹੀ ਤਾਕਤ ਲੱਭ ਜਾਏਗੀ, ਛੇਤੀ ਨਾਲ ਖੁੱਲ੍ਹ ਵੀ ਜਾਏਗੀ। ਸਫੈਦ ਮੱਖੀ ਤਾਂ ਹੈਗੀ ਵਿੱਚ, ਆ ਸਿਰਫ ਦੋ ਦਿਨ ਜਿਹੜੀ ਹਵਾ ਚੱਲੀ ਆ ਨਾ, ਆਹ ਚਸ ਕਰਾਤੀ ਆ। ਦੋਸਤੋ ਅਸੀਂ ਝੋਨੇ 'ਚ ਆ ਗਏ ਹਾਂ, ਜਿੱਥੇ ਕਿ ਅਸੀਂ ਪਰਸੋਂ ਨੂੰ ਸਪਰੇਅ ਕੀਤਾ ਸੀਗਾ ਗੰਦ ਦਾ, ਅਤੇ ਜਿਹੜਾ ਵਾ ਨਾ ਗੰਦ ਮਚਰਾਉਣ ਜਿਹਾ ਲੱਗ ਪਿਆ ਵਾ, ਰੰਗ ਬਦਲਣ ਲੱਗ ਪਿਆ ਵਾ, ਅਤੇ ਪਾਣੀ ਵੀ ਸੁੱਕਾ ਪਿਆ ਵਾ ਇਹਦੇ ਵਿੱਚੋਂ। ਅਤੇ ਵਾਰੀ ਹਜੇ ਸਾਡੀ ਹੈਗੀ ਆ ਮੰਗਲ ਦੀ ਬੁੱਧ ਵਾਲੇ ਦਿਨ ਸੁਬਹਾ, ਅੱਲਾ ਖੈਰ ਕਰੇ ਇਹਨੂੰ ਕੋਸ਼ਿਸ਼ ਕਰਕੇ ਜਿਹੜਾ ਨਾ ਭਰਨਾ ਵੀ ਆ ਇਨਸ਼ਾਅੱਲਾ। ਆਪਾਂ ਪਿੱਛੇ ਨਹਿਰ ਉੱਤੇ ਪੈਪ ਲਾਉਣਾ ਪਵੇ, ਨਾਲ ਟਿਊਬਵੈੱਲ ਚਲਾਉਣਾ ਪਵੇ, ਜਿੱਦਾਂ ਵੀ ਕਰਨੀ ਪਵੇ ਨਾ, ਇਹਦਾ ਭਰਾਂਗੇ ਇਹਨੂੰ ਜ਼ਰੂਰ ਇਨਸ਼ਾਅੱਲਾ, ਅੱਲਾ ਦੇ ਫਜ਼ਲੋ ਕਰਮ ਦੇ ਨਾਲ, ਬਸ਼ਰਤੇ ਰਹੀ ਜ਼ਿੰਦਗੀ 'ਤੇ। ਆ ਦੋ ਦਿਨ ਵਿਵਰ ਦੱਖਣ ਦੀ ਹਵਾ ਚੱਲੀ ਆ, ਮਤਲਬ ਕਿ ਅੱਜ ਦਿਨ ਹੈਗਾ ਹਫ਼ਤਾ ਜੁਮਾ ਅਤੇ ਹਫ਼ਤਾ, ਦੋ ਦਿਨ ਚੱਲੀ ਆ, ਦੋ ਦਿਨ ਹਵਾ ਚੱਲਣ ਕਪਾਹ ਦੇ ਉੱਤੇ ਰੌਣਕ ਆ ਗਈ ਆ, ਅੱਲਾ ਤਾਲਾ ਦੀ ਦੇਖ ਲਓ ਸ਼ਾਨ। ਨਹੀਂ ਤਾਂ ਇਹੀ ਪਰਸੋਂ ਜਿੱਦਣ ਅਸੀਂ ਇਹਨੂੰ ਸਪਰੇਅ ਕਰਾਇਆ ਵਾ ਨਾ ਮੂੰਜੀ ਨੂੰ ਗੰਦ ਘਾਹ ਦਾ ਸਪਰੇਅ ਕਰਾਇਆ, ਉਦਣ ਮੈਂ ਕਪਾਹ ਦੇਖਣ ਆਇਆ ਅਤੇ ਕਪਾਹ ਦੀ ਬੁਰੀ ਹਾਲਤ ਹੋਈ ਪਈ ਸੀ, ਅਤੇ ਅੱਜ ਅਲਹਮਦੁਲਿਲਾ ਦਾ ਸ਼ੁਕਰ ਆ ਉਹੀ ਕਪਾਹ ਜਿਹੜੀ ਆ ਦੋ ਦਿਨ ਹਵਾ ਚੱਲਣਾ ਉਹਦਾ ਸਿਸਟਮ ਹੀ ਚੇਂਜ ਹੋ ਗਿਆ। ਲੇਕਿਨ ਆ ਸਤੰਬਰ ਦਾ ਮਹੀਨਾ ਥੋੜ੍ਹਾ ਜਿਹਾ ਰਾਤ ਠੰਡੀ ਹੁੰਦੀ, ਦਿਨ ਵੀ ਹਲਕਾ ਹਲਕਾ ਠੰਡਾ ਰਹੇ ਨਾ, ਅਤੇ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਇਹ ਬਹੁਤ ਜਲਦੀ ਜਿਹੜੀ ਆ ਨਾ ਕਵਰ ਹੋ ਜਾਏਗੀ। ਦੋਸਤੋ ਭਾਈ ਯੂਬ ਜਿਹੜਾ ਨਾ ਤੀਸਰੀ ਟੈਂਕੀ ਲੈ ਕੇ ਜਾ ਰਿਹਾ ਸਪਰੇਅ ਦੀ, ਅਤੇ ਤਕਰੀਬਨ 1 ਵੀਘਾ ਤੋਂ 2 ਕਨਾਲਾਂ ਥਾਂ ਦੂਸਰੀ ਕਨਾਲ ਨੂੰ ਹੁਣ ਲੱਗਾ ਕਰਨ, ਅਤੇ ਉਧਰੋਂ ਸ਼ਾਮ ਵੀ ਹੋ ਰਹੀ ਆ, ਅਤੇ ਆਪਾਂ ਇਹ ਸਪਰੇਅ ਕਰਾ ਕੇ ਫਿਰ ਸ਼ਹਿਰ ਜਾਣਾ, ਕਿਉਂਕਿ ਕੱਲ੍ਹ ਮੈਂ ਜਾਣਾ ਕਿਤੇ ਕੰਮ।
ਉਹ ਵੀ ਸਾਡੇ ਨਾਲ ਜੁੜੇ ਰਹੋ, ਇਨਸ਼ਾਅੱਲਾ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੇ। ਆਹ ਉਹ ਮੇਰੇ ਕਜ਼ਨ ਦਾ ਝੋਨਾ ਲੱਗਾ ਹੋਇਆ, ਆਹ ਜਿੱਥੇ ਪਨੀਰੀ ਬੀਜੀ ਸੀ, ਇੰਨੀ ਕੁ ਰਹਿ ਗਈ ਆ, ਬਾਕੀ ਆ ਪਨੀਰੀ ਦੁਬਾਰਾ ਲੱਗ ਗਈ ਨਵੇਂ ਸਿਰ ਤੋਂ। ਸਪਰੇਅ ਕਰਾ ਕੇ ਲਾਲਾ ਸ਼ੁਕਰ ਆ ਖੈਰ ਖਰੀਦ ਨਾਲ ਜਿਹੜਾ ਨਾ ਸ਼ਹਿਰ ਪਹੁੰਚ ਗਿਆ ਵਾ, ਸ਼ਹਿਰ ਆ ਗਿਆ ਅਤੇ ਆਪਣੀਆਂ ਰੌਣਕਾਂ ਲੱਗ ਗਈਆਂ। ਵੈਲਕਮ ਟੂ ਬੈਕ ਵੀਵਰਸ, ਕੱਲ੍ਹ ਵਾਲੀ ਵੀਡੀਓ ਸ਼ੁਰੂ ਹੋ। ਕੱਲ੍ਹ ਰਾਤ ਤੁਸੀਂ ਦੇਖਿਆ ਜਿੱਦਾਂ ਵੀਡੀਓ ਵਿੱਚ ਕਿ ਪਹੁੰਚਿਆ ਘਰ, ਅਤੇ ਅੱਜ ਸੁਬਹਾ ਸੰਡੇ ਆ, ਐਤਵਾਰ ਦਾ ਦਿਨ, ਅੱਜ ਸੁਬਹਾ ਸੁਬਹਾ ਗਿਆ ਰਹੀਮ ਯਾਰ ਖਾਨ, ਅਤੇ ਰਹੀਮ ਯਾਰ ਖਾਨ ਤੂੰ ਘਰ ਵਾਲੇ ਨਾਲ ਸੀ, ਇਸ ਵਾਸਤੇ ਵੀਡੀਓ ਨਹੀਂ ਬਣਾਈ, ਉੱਥੇ ਕੰਮ ਸੀ ਉਹ ਕਰਕੇ। ਅਤੇ ਹੁਣ 11:30 ਹੋ ਚੱਲੇ, ਵਾਪਸ ਆਇਆ, ਹੁਣ ਗੱਡੀ ਦੀ ਕਰਵਾਉਣੀ ਆ ਸਰਵਿਸ, ਸਰਵਿਸ ਕਰਾ ਕੇ ਫਿਰ ਜਾਣਾ ਵਾ ਮੈਂ ਸ਼ਾਮ ਨੂੰ ਨਾ ਲਿਆਕਤਪੁਰ, ਉੱਥੇ ਇੱਕ ਕੰਮ ਆ, ਉੱਥੇ ਜਾਣਾ ਵਾ ਮੈਂ ਅਤੇ ਮੇਰੇ ਡੈਡੀ ਨੇ ਜਾਣਾ ਵਾ। ਛੋਟੀ ਮੋਟੀ ਰਸਤੇ ਦੀ ਵੀਡੀਓ ਬਣਾਵਾਂਗਾ ਕਿਉਂਕਿ ਡੈਡੀ ਨਾਲ ਆ, ਡੈਡੀ ਨਾਲ ਹੁਣ ਤਾਂ ਫਿਰ ਮੈਂ ਕੈਮਰਾ ਇਸਤੇਮਾਲ ਨਾ ਕਰਨ ਦਿੰਦੇ ਆ ਨਾ ਕਰਦੇ ਹਾਂ, ਫੋਨ ਇਸਤੇਮਾਲ ਨਹੀਂ ਕਰਨ ਦਿੰਦੇ, ਇਸ ਵਾਸਤੇ ਹੁਣ ਘਰੋਂ ਨਿਕਲਿਆ ਵਾਂ ਅਤੇ ਸੜਕ ਦੇ ਉੱਤੇ ਚੜ੍ਹ ਰਿਹਾ ਆਪਣੀ ਮੇਨ ਬਾਜ਼ਾਰ ਨਹਿਰ ਦੇ ਉੱਪਰ, ਅਤੇ ਇਨਸ਼ਾਅੱਲਾ ਹੁਣ ਜਾ ਕੇ ਪਹਿਲੇ ਗੱਡੀ ਦੀ ਸਰਵਿਸ ਕਰਾਉਣੀ। ਗੱਡੀ ਬੰਦੀ ਗੰਦੀ ਬੜੀ ਹੋਈ ਹੋਈ ਆ, ਕਾਫੀ ਦਿਨ ਹੋ ਗਏ ਇੱਦਾਂ ਹੀ ਇਸਤੇਮਾਲ ਕਰ ਰਹੇ, ਕੱਪੜਾ ਵੀ ਨਹੀਂ ਮਾਰਿਆ। ਸੁਬਹਾ ਪੈਟਰੋਲ ਪਵਾਇਆ ਅਤੇ ਪੰਪ ਵਾਲੇ ਨੇ ਨਾ ਫਰੰਟ ਸਕਰੀਨ ਸਾਫ਼ ਕੀਤੀ ਹੈ ਬਸ, ਹੁਣ ਜਾ ਕੇ ਸਰਵਿਸ ਸਰਵਿਸ ਕਰਵਾਉਂਦੇ ਹਾਂ ਇਨਸ਼ਾਅੱਲਾ। ਅਤੇ ਸਾਡੇ ਨਾਲ ਜੁੜੇ ਰਹੋ, ਸਾਡੀ ਵੀਡੀਓ ਨੂੰ ਇੰਜੋਏ ਜ਼ਰੂਰ ਕਰਿਓ, ਲਾਈਕ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਆਪਣੇ ਦੋਸਤਾਂ 'ਚ ਸ਼ੇਅਰ ਵੀ ਜ਼ਰੂਰ ਕਰਿਓ, ਪੰਜਾਬੀ ਮੁੰਡਾ ਵੀ ਲਾ ਕਰਨਾ। ਅਤੇ ਸ਼ਹਿਰ ਦੀ ਰੂਟੀਨ ਆਪਣੇ ਸਾਦਕਾਬਾਦ ਦੀ ਇਹ ਆ ਕਿ ਵੀਵਰ ਸਾਡੀ ਚੱਕ ਵਾਲੀ ਨਹਿਰ ਜਿਹੜੀ ਆ ਨਾ ਕੱਲ੍ਹ ਦੀ ਭਰ ਗਈ ਹੋਈ ਆ, ਅਤੇ ਸਾਦਕਾਬਾਦ ਵਾਲੀ ਅੱਜ ਨਹਿਰ ਡਾਊਨ ਹੋ ਰਹੀ ਆ। ਮੈਂ ਰਹੀਮ ਯਾਰ ਖਾਨ ਵੀ ਸੁਬਹਾ ਗਿਆ ਵਾਂ ਅਤੇ ਪਿੱਛੋਂ ਹੀ ਪਾਣੀ ਘਟਾਇਆ ਵਾ, ਪਿੱਛੋਂ ਇੰਨੀ ਜਿਹੜੇ ਵਿੱਚ ਦੋ ਲਿੰਗ ਨਹਿਰਾਂ ਲੰਘਦੀਆਂ ਨਾ, ਉਹਨਾਂ ਵਿੱਚ ਵੀ ਪਾਣੀ ਘੱਟ ਬੰਦ ਕਰ ਦਿੱਤਾ ਉਹਨਾਂ ਨੇ। ਹੁਣ ਸਿੱਧਾ ਇਨਸ਼ਾਅੱਲਾ ਸਰਵਿਸ ਸਟੇਸ਼ਨ ਜਾ ਕੇ ਤੁਹਾਡਾ ਮੁਲਾਕਾਤ ਹੋਏਗੀ। ਲਓ ਦੋਸਤੋ, ਸਰਵਿਸ ਸਟੇਸ਼ਨ 'ਤੇ ਪਹੁੰਚ ਗਿਆ, ਗੱਡੀ ਸਰਵਿਸ ਹੋਣ ਵਾਸਤੇ ਲਾ ਤੀ ਆ, ਹੋ ਰਹੀ ਆ, ਹਵਾ ਸ਼ਵਾ ਮਾਰ ਰਹੇ, ਥੋੜ੍ਹੀ ਦੇਰ ਬਾਅਦ ਇਹਨੂੰ ਨੀਟ ਕਲੀਨ ਸਰਵਿਸ ਹੋਣ ਤੋਂ ਬਾਅਦ ਲੁੱਕ ਦੇਖਿਓ ਕੈਸੀ ਨਿਕਲਦੀ ਇਹਦੀ। ਸਰਵਿਸ ਹੋ ਗਈ ਹੈ, ਫਾਈਨਲੀ ਲੁੱਕ ਚੈੱਕ ਕਰੋ ਗੱਡੀ ਦੀ, ਆਊਟ ਕਲਾਸ ਹੋ ਗਈ ਹੈ, ਕਾਫੀ ਦਿਨਾਂ ਦੀ ਨਾ ਗੰਦੀ ਕਾਫੀ ਹੋਈ ਸੀਗੀ, ਅਤੇ ਅੱਜ ਜਿਹੜਾ ਵਾ ਨਾ
ਜਾਣਾ ਕਰਕੇ ਮੈਂ ਕਹਿੰਦਾ ਜ਼ਰਾ ਵੀਏ ਵੀ ਕਰ ਲਈਏ, ਆਪ ਸਾਫ਼ ਕੱਪੜੇ ਪਾ ਕੇ ਬੈਠੇ ਹੋਈਏ, ਗੱਡੀ ਗੰਦੀ ਹੋਵੇ ਨਾ ਤਾਂ ਫਿਰ ਚੱਸ ਨਹੀਂ ਆਉਂਦੀ, ਸੈੱਟ ਹੋ ਗਈ ਉਪਰੋਂ ਆ ਕੇ ਨਾ ਤਾਂ ਮਿਸਤਰੀ ਕੋਲ ਜਾ ਰਿਹਾ ਹਾਂ, ਕੰਮ ਬਾਅਦ 'ਚ ਯਾਦ ਆਇਆ, ਕਹਿੰਦਾ ਪਿਛਲਾ ਦਰਵਾਜ਼ਾ ਨਹੀਂ ਗੱਡੀ ਦਾ ਖੁੱਲ੍ਹ ਰਿਹਾ, ਪਤਾ ਨਹੀਂ ਕੀ ਰੌਲਾ ਬਣਿਆ ਉਹਨੂੰ, ਉਹ ਜਾਮ ਹੋਇਆ ਵਾ, ਉਹਨੂੰ ਜਾ ਕੇ ਚੈੱਕ ਕਰਵਾਉਂਦੇ ਹਾਂ। ਇੱਧਰੋਂ ਓਵਰਬ੍ਰਿਜ ਥੋੜ੍ਹੀ ਜਾਣਾ ਨਹੀਂ ਆਪਾਂ, ਥੱਲੇ ਫੱਟ ਕ੍ਰਾਸ ਕਰ ਲੈਂਦੇ, ਸਦਕਾਬਾਦ ਓਵਰ ਉਹ ਸਾਈਡ ਉੱਤੇ ਓਵਰ ਹੈੱਡ ਬ੍ਰਿਜ, ਔਰ ਇੱਧਰ ਰੇਲਵੇ ਸਟੇਸ਼ਨ ਦੇਖਦੇ ਹਾਂ ਕਿ ਇਹਨੂੰ ਕੀ ਰੌਲਾ ਵਾ, ਖੁੱਲ੍ਹ ਨਹੀਂ ਰਿਹਾ, ਲਾਕ ਵੀ ਖੁੱਲ੍ਹਾ ਹੋਇਆ ਵਾ, ਨਾ ਅੰਦਰੋਂ ਖੁੱਲ੍ਹ ਰਿਹਾ ਨਾ ਬਾਹਰੋਂ ਖੁੱਲ੍ਹ ਰਿਹਾ। ਅਸਲਾਮ ਵਾਲੇਕੁਮ, ਉਦੋਂ ਦਾ ਚੱਲਦਾ ਵਾ, ਹੁਣ ਉਦੋਂ ਨਾਲ ਯਾਦ ਭੁੱਲ ਗਿਆ, ਮੈਂ ਫਿਰ ਬੰਦ ਕਰ ਦਿੱਤਾ ਵਿੱਚ। ਕਵਿਤਾ ਸ਼ਵਿਤਾ ਠੀਕ ਆ, ਖੈਰ ਖਰੀਅਤ, ਸਾਧ ਕਿੱਧਰ ਚੁੱਕੀ ਫਿਰਦਾ? ਬਸ ਐਂ ਸੈਰ ਕਰਨ ਗਏ ਸੀ ਕਿਤੇ ਕੰਮ। ਅੱਛਾ ਅੱਛਾ, ਹੋਰ ਹਾਲ ਬਾਤ, ਕੀ ਖਿਦਮਤ ਕਰੀਏ ਤੁਹਾਡੀ? ਸਾਡੇ ਸ਼ਹਿਰ ਦੇਖ ਕੇ ਰਾਜ਼ੀ ਹੋ ਗਏ।